ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਗਸੀਰ ਆਉਕੇ ਸੋ ਡੇਲੀ ਰਾਉਕੇ ਨਿਊਜ਼ ਵੱਲੋਂ ਸਮੇਂ ਸਮੇਂ ਸਿਰ ਲੋੜਵੰਦ ਪਰਿਵਾਰਾਂ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ ਹਾਂ। ਸੋ ਪਿੰਡ ਰਾਉਕੇ ਕਲਾਂ ਦਾ ਇਹ ਬੱਚਾ ਜੋ ਛੋਟੀ ਉਮਰ ਆਪਣੇ ਘਰ ਦੀ ਗਰੀਬੀ ਨੂੰ ਦੇਖਦੇ ਹੋਏ ਕੰਮਾਂ ਕਾਰਾਂ ਦੇ ਵਿੱਚ ਪੈ ਗਏ, ਪਰ ਥੋੜ੍ਹਾ ਸਮੇਂ ਹੀ ਹੋਇਆ ਸੀ ਕੰਮ ਕਰਦੇ ਨੂੰ, ਅਚਾਨਕ ਜਿਹੜਾ ਐਕਸੀਡੈਂਟ ਹੋਇਆ ਕੰਮ ਤੋਂ ਆਉਂਦੇ ਦਾ। ਸੋ ਭਿਆਨਕ ਸੱਟ ਲੱਗੀ, ਬੱਚੇ ਦੀ ਜਿਹੜੀ ਲੱਤ ਟੁੱਟੀ ਔਰ ਗੋਡੇ ਦੀ ਚੱਪਣੀ ਜਿਹੜੀ ਟੁੱਟ ਗਈ। ਸੋ ਉਸ ਦੇ ਇਲਾਜ ਦੇ ਲਈ 40 ਤੋਂ 50 ਹਜ਼ਾਰ ਦਾ ਖਰਚਾ ਦੱਸਿਆ ਗਿਆ। ਸੋ ਪਰਿਵਾਰ ਲੋੜਵੰਦ ਆ, ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ। ਬਸ ਇਹੀ ਤੁਹਾਡੇ ਸਾਹਮਣੇ ਬੇਨਤੀ ਹੈ ਕਿ ਇਸ ਬੱਚੇ ਨੂੰ ਆਪਾਂ ਠੀਕ ਕਰਕੇ ਮੁੜ ਤੋਂ ਆਪਾਂ ਜਿਹੜਾ ਇਸ ਬੱਚੇ ਨੂੰ ਪੈਰਾਂ ਸਿਰ ਖੜਾ ਕਰੀਏ, ਤਾਂ ਜੋ ਆਪਣੇ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਦੁਬਾਰਾ ਫਿਰ ਕੰਮ ਕਾਰ 'ਤੇ ਜਿਹੜਾ ਲੱਗੇ। ਸੋ ਹਾਲ ਤੁਸੀਂ ਦੇਖ ਸਕਦੇ ਹੋ ਘਰ ਦੀ, ਬਹੁਤ ਲੋੜਵੰਦ ਪਰਿਵਾਰ ਆ। ਸੋ ਅਸੀਂ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਡੇਲੀ ਰਾਉਕੀ ਨਿਊਜ਼ ਹਰ ਇੱਕ ਦੀ ਸਾਂਝੀ ਨਿਊਜ਼ ਆ, ਅਸੀਂ ਹਮੇਸ਼ਾ ਹੀ ਹਰ ਇੱਕ ਲਈ ਜਿਹੜੀ ਅੱਜ ਦੀ ਵੀਡੀਓ ਜਿਹੜੀ ਪਾਉਂਦੇ ਰਹਿੰਦੇ ਹਾਂ। ਸੋ ਅੱਜ ਦੀ ਵੀਡੀਓ ਇਸ ਪਰਿਵਾਰ ਲਈ ਜਿਹੜੀ ਪਾਈ ਆ ਆਪ ਜੀ ਦੀ ਕੇਅਰੀ ਦੇ ਵਿੱਚ, ਸੋ ਆਪ ਅੱਗੇ ਵੀ ਬਹੁਤ ਸੰਬੰਧ ਦਿੰਦੇ ਹੋ। ਸੋ ਇਸ ਬੱਚੇ ਲਈ ਵੀ ਥੋੜ੍ਹਾ ਥੋੜ੍ਹਾ ਸੰਬੰਧ ਆਪਾਂ ਜ਼ਰੂਰ ਦਈਏ। ਸੋ ਅਸੀਂ ਕੰਟੈਕਟ ਨੰਬਰ ਦੇ ਚੁੱਕੇ ਹਾਂ, ਤੁਸੀਂ ਇਹਦੇ 'ਤੇ ਤੁਸੀਂ ਗੂਗਲ ਪੇ ਨੰਬਰ ਜਿਹੜਾ ਕਰ ਸਕਦੇ ਹਾਂ ਪੇਮੈਂਟ। ਸੋ ਸਾਨੂੰ ਡਾਇਰੈਕਟ ਵੀ ਫੜਾ ਸਕਦੇ ਹਾਂ ਔਰ ਤੁਸੀਂ ਆਪਣਾ ਨਾਮ ਵੀ ਦੱਸਣਾ। ਸੋ ਇਹ ਬੱਚਾ ਸਨਮਦੀਪ ਸਿੰਘ ਔਰ ਵਿੱਕੀ ਸਨ ਪਰਪੀਤ ਸਿੰਘ ਬੂਟਾ ਸਿੰਘ ਹਜ਼ਾਰਾ ਸਿੰਘ ਕੇ ਪਰਿਵਾਰ 'ਚੋਂ ਪੱਤੀ ਮਾਲੂ ਕੀ ਪਿੰਡ ਰਾਉਕੇ ਕਲਾਂ ਦਾ ਰਹਿਣ ਵਾਲਾ। ਸੋ ਤੁਸੀਂ ਇਸ ਬੱਚੇ ਲਈ ਜ਼ਰੂਰ ਜਿਹੜੀ ਦਸਵੰਧ ਦੇਣੀ ਆ, ਤਾਂ ਜੋ ਬੱਚਾ ਆਪਣੇ ਪੈਰਾਂ ਸਿਰ ਮੁੜ ਖੜ ਹੋ ਸਕੇ। ਬਹੁਤ ਬਹੁਤ ਧੰਨਵਾਦ ਜੀ।